ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਸ਼ਾਹਿਦ ਸ਼ਬੀਰ ਔਫਿਸ਼ਲ ਔਰ ਸ਼ਾਹਿਦ ਸ਼ਬੀਰ ਅਮਨ ਕਾ ਸਫੀਰ ਐਂਡ ਰੇਡੀਓ ਸਾਡੇ ਐਲ ਆਈ ਟੀ 7.8 FM ਰੇਡੀਓ ਔਕਲੈਂਡ ਨਿਊਜ਼ੀਲੈਂਡ। ਆਲ ਰਾਈਟਸ ਆਰ ਰਿਜ਼ਰਵ ਬਾਏ ਸ਼ਾਹਿਦ ਸ਼ਬੀਰ ਔਫਿਸ਼ਲ, ਸੋ ਨੋ ਵਨ ਹੈਵ ਟੂ ਰਾਈਟ ਟੂ ਡਾਊਨਲੋਡ ਦਿਸ ਵੀਡੀਓ ਐਂਡ ਸ਼ੇਅਰ ਵਿਦ ਦੇਅਰ ਔਨਲਾਈਨ। ਜੀ, ਮੈਂ ਇਸ ਲਈ ਤੁਹਾਨੂੰ ਰਿਕੁਐਸਟ ਕਰ ਰਿਹਾ ਹਾਂ ਕਿ ਪਲੀਜ਼ ਇਹ ਸਾਰੇ ਰਾਈਟ ਜਿਹੜੇ ਨੇ ਰਿਜ਼ਰਵ ਬਾਏ ਸ਼ਾਹਿਦ ਸ਼ਬੀਰ ਔਫਿਸ਼ਲ ਨੇ। ਜੀ, ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਕਿ ਨਾਈਟ ਵਿਊ ਕਿਸ ਤਰ੍ਹਾਂ ਦਾ ਹੋਏਗਾ। ਇਹ ਦੀਵਾਲੀ ਦੀ ਰਾਤ ਦੀ ਤਸਵੀਰਾਂ ਨੇ ਦਰਬਾਰ ਸਾਹਿਬ ਕਰਤਾਰਪੁਰ ਦੀਆਂ, ਕਿ ਬਗੈਰ ਮਤਲਬ ਕਿ ਜਦੋਂ ਦੀਵਾਲੀ ਨਹੀਂ ਹੋਏਗੀ ਉਸ ਵੇਲੇ ਵੀ ਇਹੀ ਬਿਊਟੀ ਤੁਹਾਨੂੰ ਜਿਹੜੀ ਹੈ ਉਹ ਨਜ਼ਰ ਆਉਣੀ ਹੈ ਦਰਬਾਰ ਸਾਹਿਬ ਕਰਤਾਰਪੁਰ ਵਿਖੇ। ਪਹਿਲੇ ਤਾਂ ਜਗਤ ਸੰਗਤ ਨੂੰ ਬੰਡੀ ਛੋੜ ਦਿਵਸ ਦੀਆਂ ਲੱਖੋ ਲੱਖ ਵਧਾਈਆਂ, ਦੀਵਾਲੀ ਦੀਆਂ ਵਧਾਈਆਂ ਜੀ। ਔਰ ਮੈਂ ਹੀ ਕਹਾਂਗਾ ਕਿ ਰੱਬ ਸੋਹਣਾ ਹਰ ਪਾਸੇ ਸੁੱਖ ਅਮਨ ਰੱਖੇ। ਔਰ ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਕਰਤਾਰਪੁਰ ਦੇ ਨਾਈਟ ਵਿਊਜ਼ ਦੇਖ ਰਹੇ ਹੋ ਕਿ ਤੁਸੀਂ, ਤੁਹਾਨੂੰ ਦੇਖੋ ਬਿਲਡਿੰਗ ਕਿੰਨੀ ਖੂਬਸੂਰਤ ਨਜ਼ਰ ਆ ਰਹੀ ਹੈ, ਹਾਈਲਾਈਟਿਡ ਨੇ ਗੁਰਦੁਆਰਾ ਸਾਹਿਬ ਕਿੰਨਾ ਹਾਈਲਾਈਟਿਡ ਖੂਬਸੂਰਤ ਨਜ਼ਰ ਆ ਰਿਹਾ। ਫਿਰ ਸਭ ਤੋਂ ਜ਼ਿਆਦਾ ਵੱਡੀ ਗੱਲ ਹੈ ਕਿ ਜਿਹੜਾ ਗੁਰੂ ਖੰਡਾ ਸਾਹਿਬ ਹੈ ਉਹਨੂੰ ਵੀ ਉਸੇ ਤਰ੍ਹਾਂ ਹਾਈਲਾਈਟ ਕੀਤਾ ਜਿਸ ਤਰ੍ਹਾਂ ਕਿ ਪੂਰੀ ਬਿਲਡਿੰਗਸ ਹਾਈਲਾਈਟ ਨਜ਼ਰ ਆ ਰਹੀਆਂ। ਰਾਤ ਦੇ ਵਿਊ ਦੇ ਵਿੱਚ ਤੁਹਾਨੂੰ, ਤੁਸੀਂ ਅਗਰ ਦੇਖੋ ਤਾਂ ਤੁਹਾਨੂੰ ਸਰੋਵਰ ਸਾਹਿਬ ਕਿੰਨਾ ਖੂਬਸੂਰਤ ਦਿਖਾਈ ਦੇ ਰਿਹਾ, ਬਾਕੀ ਤਮਾਮ ਬਿਲਡਿੰਗਸ ਜਿਹੜੀਆਂ ਨੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਅਲੱਗ ਅਲੱਗ ਨਜ਼ਰ ਆ ਰਹੀ ਹੈ। ਜਿਸ ਤਰ੍ਹਾਂ ਕਿ ਅੱਜ ਦੀਵਾਲੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਤੁਸੀਂ ਜਦੋਂ ਏਰੀਅਲ ਵਿਊ ਕਰਦੇ ਹੋ ਡਰੋਨ ਦੇ ਜ਼ਰੀਏ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਾ, ਅਤੇ ਉੱਥੇ ਦੇ ਤੁਸੀਂ ਵਿਊ ਦੇਖ ਰਹੇ ਹੋ ਕਿ ਕਿੰਨੇ ਖੂਬਸੂਰਤ ਹੁੰਦੇ ਨੇ। ਉਸੇ ਤਰ੍ਹਾਂ ਹੀ ਤੁਹਾਨੂੰ ਨੈਕਸਟ ਈਅਰ ਅੱਜ ਦੇ ਹੀ ਦਿਨ ਜਿਹੜਾ ਇਹ ਸਾਰਾ ਕੁਝ ਜਿਹੜਾ ਉਹ ਪਾਕਿਸਤਾਨ ਵਿਖੇ ਵੀ ਨਜ਼ਰ ਆਏਗਾ। ਔਰ ਹੁਣ ਵੀ ਤੁਹਾਨੂੰ ਉਹਦੀ ਹਲਕੀ ਜਿਹੀ ਝਲਕ ਨਜ਼ਰ ਆ ਰਹੀ ਹੋਏਗੀ ਕਿ ਅਗਰ ਤੁਸੀਂ ਏਰੀਅਲ ਵਿਊ ਡਰੋਨ ਦੇ ਜ਼ਰੀਏ ਦੇਖੋ ਤਾਂ ਸੇਮ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਕਿ ਆਪਾਂ ਤੁਹਾਨੂੰ ਇਸ ਸਲਾਈਡ ਸ਼ੋਅ ਦੇ ਵਿੱਚ ਦਿਖਾ ਰਹੇ ਹਾਂ। ਸੋ ਆਲ ਰਾਈਟਸ ਆਰ ਰਿਜ਼ਰਵ ਬਾਏ ਰੇਡੀਓ ਸਾਡਿਆਲਾ ਐਂਡ ਸ਼ਾਹਿਦ ਸ਼ਬੀਰ ਔਫਿਸ਼ਲ ਐਂਡ ਸ਼ਾਹਿਦ ਸ਼ਬੀਰ ਅਮਨ ਕਾ ਸਫੀਰ। ਤੁਸੀਂ ਇਹ ਤਮਾਮ ਜਿਹੜੇ ਇਹ ਦੇਖ ਰਹੇ ਹੋ ਮੰਜ਼ਰ, ਇਹ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਨਾਈਟ ਵਿਊ ਨੇ ਜੀ। ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਅਸੀਂ ਬਹੁਤ ਸ਼ੁਕਰ ਗੁਜ਼ਾਰ ਹਾਂ ਆਪਣੇ ਜਿਹੜੇ ਸਾਡੀ ਕੰਸਟਰਕਸ਼ਨ ਟੀਮ ਹੈ, ਉਸ ਤੋਂ ਬਾਅਦ ਵੀਕਿਊ ਟਰੱਸਟ ਬੋਰਡ ਦੇ ਅਸੀਂ ਬਹੁਤ ਸ਼ੁਕਰ ਗੁਜ਼ਾਰ ਹਾਂ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਐਂਡ ਤੇ ਪਾਕਿਸਤਾਨ ਦੇ PM ਇਮਰਾਨ ਖਾਨ ਸਾਹਿਬ ਜਿਨ੍ਹਾਂ ਨੇ ਇੰਨੇ ਵੱਡੇ ਵੱਡੇ ਡਿਸੀਜਨ ਲਏ ਔਰ ਉਸ ਤੋਂ ਬਾਅਦ ਇਸ ਤਮਾਮ ਕੰਮ ਨੂੰ ਜਿਹੜਾ ਸਿਰੇ ਚਾੜਿਆ, ਤੋੜ ਚਾੜਿਆ ਔਰ ਜਗਤ ਸੰਗਤ ਨੂੰ ਆਉਣ ਵਾਲੇ 550 ਸਾਲਾਂ ਬਾਬਾ ਗੁਰੂ ਨਾਨਕ ਸਾਹਿਬ ਦੇ ਜਨਮ ਪੁਰਬ ਦੀਆਂ ਲੱਖੋ ਲੱਖ ਵਧਾਈਆਂ ਔਰ ਸਾਰਿਆਂ ਨੂੰ ਦਰਬਾਰ ਸਾਹਿਬ ਵੱਲ ਆਉਣ 'ਤੇ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਤਮਾਮ ਪਾਕਿਸਤਾਨ ਦੀ ਜਿੰਨੀ ਵੀ ਆਵਾਮ ਹੈ ਅਸੀਂ ਉਹਨਾਂ ਵੱਲੋਂ ਆਪਣੇ ਸਿੱਖ ਵੀਰਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ 'ਤੇ ਵੈਲਕਮ, ਜੀ ਆਇਆਂ ਨੂੰ, ਤੁਸੀਂ ਜਮ ਜਮ ਆਓ, ਠੀਕ ਹੈ ਜੀ। ਰੱਬ ਰੱਖਾਂ। ਵੀਡੀਓ ਰਾਈਟਸ ਆਰ ਰਿਜ਼ਰਵ ਬਾਏ ਸ਼ਾਹਿਦ ਸ਼ਬੀਰ ਅਮਨ ਕਾ ਸਫੀਰ ਐਂਡ ਰੇਡੀਓ ਸਾਡਿਆਲਾ, ਸੋ ਨੋ ਵਨ ਹੈਵ ਟੂ ਰਾਈਟ ਟੂ ਡਾਊਨਲੋਡ ਦਿਸ ਵੀਡੀਓ ਐਂਡ ਸ਼ੇਅਰ ਵਿਦ ਦੇਅਰ ਓਨ ਲਿੰਕ। ਰੱਬ ਰੱਖਾ ਜੀ।